ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ, ਮੈਂ ਸੀਮਾ ਕਸ਼ਪ। ਠੀਕ ਹੈ ਨਹੀਂ, ਅੱਜ ਜਿਹੜਾ ਅਸੀਂ ਦਿੱਤਾ ਗਿਆ ਰਾਸ਼ਨ, ਮੈਂ ਵਾਰਡ ਨੰਬਰ 74 ਤੋਂ ਡਾਕਟਰ ਅਨੂਪ ਕੁਮਾਰ, ਅੱਜ ਅਸੀਂ 74 ਨੰਬਰ ਵਾਰਡ ਦੇ ਜਿਹੜੇ ਸੀ ਉਹਨਾਂ ਨੂੰ ਹੀ ਰਾਸ਼ਨ ਦਿੱਤਾ। ਆਦਰਸ਼ ਨਗਰ ਸੀ, ਰਾਮਨਗਰ ਕਲੋਨੀ ਦੇ ਸੀ ਔਰ ਕੁਛ ਮੈਂਬਰ ਗੁਰੂ ਨਾਨਕਪੁਰੇ ਦੇ ਸੀ, ਉਹਨਾਂ ਨੂੰ ਅੱਜ ਸਾਰਿਆਂ ਨੂੰ ਰਾਸ਼ਨ ਦਿੱਤਾ ਗਿਆ। ਕਿਉਂਕਿ ਡਾਕਟਰ ਸਾਹਿਬ ਨੇ ਕੱਲ੍ਹ ਡਾਕਟਰ ਰਾਜ ਕੁਮਾਰ ਵੇਰਕਾ ਜੀ ਕੈਬਨਿਟ ਮੰਤਰੀ ਰੈਂਕ, ਉਹਨਾਂ ਨੇ ਸ਼ਾਮ ਨੂੰ ਜਿਹੜੇ ਬਹੁਤ ਹੀ ਨੀਡਿਡ ਪਰਿਵਾਰ ਸੀ ਜਿਨ੍ਹਾਂ ਨੂੰ ਬੜੀ ਸਖਤ ਜ਼ਰੂਰਤ ਸੀ, ਸਪੈਸ਼ਲੀ ਉਹਨਾਂ ਲਈ ਅੱਜ ਅਸੀਂ 35 ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਕੱਲ੍ਹ ਅਸੀਂ 50 ਬੰਦਿਆਂ ਦੇ ਪਰਿਵਾਰ ਸੀ ਉਹਨਾਂ ਨੂੰ ਦਿੱਤਾ ਸੀ, ਪਰਸੋਂ ਅਸੀਂ 200 ਪਰਿਵਾਰ ਨੂੰ ਦਿੱਤਾ ਸੀ, ਤਾਂ ਕਿ ਰੈਗੂਲਰ ਰੋਜ਼ ਜਿਹੜਾ ਰਾਸ਼ਨ ਹੈ ਸੁੱਕਾ ਰਾਸ਼ਨ, ਇਹ ਰੋਜ਼ ਹੀ ਅਸੀਂ ਤਕਰੀਬਨ ਲੋਕਾਂ ਨੂੰ ਦੇ ਰਹੇ ਹਾਂ। ਇਹ ਅੱਜ ਜਿਹੜਾ ਇਹ ਸਰਕਾਰੀ ਰਾਸ਼ਨ ਦਿੱਤਾ ਗਿਆ, ਅੱਜ ਸਰਕਾਰੀ ਦਿੱਤਾ ਗਿਆ ਔਰ ਦੁਪਹਿਰ ਦਾ ਜਿਹੜਾ ਉਹ ਲੰਗਰ ਹੈ ਲੋਕਾਂ ਨੂੰ ਸਾਡੇ ਵੱਲੋਂ ਜਿਹੜਾ ਚੱਲ ਰਿਹਾ ਉਹ ਅਸੀਂ ਦੁਪਹਿਰ ਦਾ ਲੰਗਰ ਜਿਹੜਾ ਉਹ ਤਿਆਰ ਕਰਵਾ ਰਹੇ ਹਾਂ, ਉਹ ਅਸੀਂ ਦੁਪਹਿਰ ਦਾ ਆਪਣੇ ਵੱਲੋਂ ਸਾਡੇ ਵੱਲੋਂ ਲੰਗਰ ਬਣਿਆ, ਲੰਗਰ ਜਿਹੜਾ ਲੋਕਾਂ ਲਈ ਜਾ ਰਿਹਾ। ਹਾਂ, ਇਹਦੇ 'ਚ ਤੇਲ ਆ ਰਿਹਾ, ਆਟਾ ਆ ਰਿਹਾ, ਦਾਲ ਆ ਰਹੀ ਹੈ, ਚੀਨੀ, ਚਾਵਲ। ਅੱਜ ਵਾਰਡ ਨੰਬਰ 74 ਦੇ ਤੋਂ ਡਾਕਟਰ ਅਨੂਪ ਜੀ ਇੱਥੇ ਪਹੁੰਚੇ ਨੇ ਔਰ ਡਾਕਟਰ ਅਨੂਪ ਜੀ ਨੇ ਸੁੱਕਾ ਰਾਸ਼ਨ ਇੱਥੇ ਵੰਡਿਆ ਵਾ, ਅਸੀਂ ਉਹਨਾਂ ਨਾਲ ਗੱਲ ਮਸਾਲੇ ਵੀ ਹੈ, ਮਸਾਲੇ ਆ, ਮਿਰਚਾਂ, ਨਮਕ ਹੈ, ਯਾਨੀ ਕਿ ਜਿਹੜਾ ਰਸੋਈ ਦਾ ਸਮਾਨ, ਰਸੋਈ ਦੀ ਜਿਹੜਾ ਸਮਾਨ ਜ਼ਰੂਰੀ ਹੈ ਖਾਣ ਲਈ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ। ਡਾਕਟਰ ਸਾਹਿਬ, ਇੱਕ ਗੱਲ ਹੋ ਰਹੀ ਆਪਾਂ ਸੁਣੀ ਹੈ ਕਿ ਤੁਸੀਂ ਬਣਾ ਕੇ ਵੀ ਰਾਸ਼ਨ ਜਿਹੜਾ ਹੈਗਾ ਲੋਕਾਂ ਨੂੰ ਦਿੰਦੇ ਹੋ, ਸ਼ਾਮੀ ਵੀ ਵੰਡਦੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂ, ਜਿਹੜੇ ਪਰਿਵਾਰ ਜਿਹੜੇ ਕੁਛ ਲਿਸਟਾਂ 'ਚ ਜਿਸ ਤਰ੍ਹਾਂ ਹੁਣ ਪਰਿਵਾਰ ਬਹੁਤ ਜ਼ਿਆਦਾ ਨੇ, ਜਿਹੜੇ ਪਰਿਵਾਰ ਥੋੜ੍ਹੇ ਰਹਿ ਜਾਂਦੇ ਜਿਸ ਤਰ੍ਹਾਂ ਅਸੀਂ ਅੱਜ ਰਾਸ਼ਨ ਵੰਡਿਆ, ਜਿਹੜੇ ਇਹਦੇ 'ਚ ਪੈਂਡਿੰਗ ਰਹਿ ਗਏ ਉਹਨਾਂ ਨੂੰ ਜਦੋਂ ਤੱਕ ਰਾਸ਼ਨ ਕੱਚਾ ਨਹੀਂ ਮਿਲਦਾ ਉਨੀ ਦੇਰ ਤੱਕ ਅਸੀਂ ਉਹਨਾਂ ਦੇ ਘਰ ਜਿਹੜਾ ਬਣਿਆ ਰਾਸ਼ਨ ਪਹੁੰਚਾਉਂਦੇ ਹਾਂ। ਜਦੋਂ ਫਿਰ ਉਹਨਾਂ ਨੂੰ ਅਸੀਂ ਕੱਚਾ ਰਾਸ਼ਨ ਦੇ ਦਿੰਦੇ ਹਾਂ ਉਹਨਾਂ ਦੇ ਘਰ, ਫਿਰ ਆਪਣੇ ਆਪ ਉਹ ਰਾਸ਼ਨ ਬਣਨਾ ਸ਼ੁਰੂ ਹੋ ਜਾਂਦਾ, ਰੋਟੀ ਬਣਨੀ ਸ਼ੁਰੂ ਹੋ ਜਾਂਦੀ ਹੈ, ਇੱਦਾਂ ਹੀ ਫਿਰ ਦੂਸਰੇ ਪਰਿਵਾਰ ਅਸੀਂ ਲੈ ਲੈਂਦੇ ਹਾਂ। ਲਿਸਟ ਜਿਹੜੀ ਹੈ ਉਹ ਐਡਵਾਂਸ ਬਣਾ ਕੇ ਰੱਖਦੇ ਹਾਂ ਗਰੀਬ ਪਰਿਵਾਰਾਂ ਦੀ, ਉਹ ਫਿਰ ਨੈਕਸਟ ਲਿਸਟ ਜਿਹੜੀ ਉਹ ਨੈਕਸਟ ਰਾਸ਼ਨ ਆਉਂਦਾ ਫਿਰ ਉਹਨਾਂ ਨੂੰ ਦੇ ਦਿੰਦੇ ਹਾਂ। ਇਸ ਤਰ੍ਹਾਂ ਸਿਸਟਮ ਜਿਹੜਾ ਕੰਟੀਨਿਊ ਅਸੀਂ ਚਲਾ ਕੇ ਰੱਖਿਆ ਵਾਰਡ ਨੰਬਰ 74 'ਚ। ਇਹ ਦਿਨ ਦੇ ਵਿੱਚ ਕਿੰਨੀ ਵਾਰੀ ਰਾਸ਼ਨ ਵੰਡਦੇ ਤੁਸੀਂ ਸਰ? ਤੁਸੀਂ ਬਣਾ ਕੇ ਜਿਹੜਾ ਉਹ ਦੋ ਦਫਾ, ਦੁਪਹਿਰ ਦਾ ਔਰ ਸ਼ਾਮ ਦਾ, ਰਾਤ ਦਾ। ਉਹਦੇ ਵਿੱਚ ਕੀ ਹੁੰਦਾ ਜੀ? ਉਹਦੇ 'ਚ ਚਾਵਲ ਹੈ, ਦਾਲ ਹੈ, ਚਪਾਤੀ ਹੈ, ਸਬਜ਼ੀ ਹੈ, ਅਲੱਗ ਅਲੱਗ ਰੋਜ਼ ਅਲੱਗ ਅਲੱਗ ਆਉਂਦਾ ਸਮਾਨ, ਅਲੱਗ ਅਲੱਗ ਬਣਾ ਕੇ ਦੇਣਾ। ਲੋਕਾਂ ਨੂੰ ਕੀ ਮੈਸੇਜ ਦਿਓਗੇ? ਹਾਂ, ਲੋਕਾਂ ਨੂੰ ਮੈਸੇਜ ਇਹ ਹੈ ਕਿ ਜਿਹੜੀ ਹੁਣ ਤੀਸਰੀ ਸਟੇਜ ਚੱਲ ਸ਼ੁਰੂ ਹੋ ਗਈ ਹੈ, ਦੇਖੋ ਹੁਣ 3 ਮਈ ਤੱਕ ਲੋਕਡਾਊਨ ਹੋ ਗਿਆ, ਮੈਸੇਜ ਇਹ ਹੈ ਕਿ ਦੇਖੋ ਤੁਸੀਂ ਰਾਸ਼ਨ ਲਈ ਜਿਹੜਾ ਨਾ, ਮੈਂ ਬੜਾ ਪ੍ਰੋਸੀਜਰ ਬਿਲਕੁਲ ਸਿੰਪਲੀ ਔਰ ਲੋਕਾਂ ਦੇ ਫਾਇਦੇ ਲਈ ਬਣਾਇਆ ਕਿ ਤੁਸੀਂ ਪਹਿਲੇ ਆਓ, ਅਸੀਂ ਚੈਕਿੰਗ ਘਰ ਕਰਕੇ ਉਹਦੀ ਲਿਸਟ ਤਿਆਰ ਕਰਦੇ ਹਾਂ ਕਿ ਇਹ ਪਰਿਵਾਰ ਜਿਹੜਾ ਗਰੀਬ ਪਰਿਵਾਰ ਹੈ ਔਰ BPL ਦੇ ਵਿੱਚ ਨਹੀਂ ਹੈ, ਜਿਹੜੇ BPL ਕਾਰਡ ਵਾਲੇ ਹੈ ਉਹ ਪਰਿਵਾਰ ਅਸੀਂ ਅਲੱਗ ਕਰਤੇ ਸਾਰੇ, ਉਹਨਾਂ ਨੂੰ ਅਸੀਂ ਕਣਕ ਅਤੇ ਦਾਲਾਂ ਦੇਵਾਂਗੇ। ਜਿਨ੍ਹਾਂ ਦੇ BPL ਨਹੀਂ ਹੈ ਉਹ ਪਰਿਵਾਰ ਸਾਰੇ ਅਲੱਗ ਕਰ ਦਿੱਤੇ ਹੈ, ਦੋ ਡਿਵਾਈਡ ਕਰਤੇ ਪਰਿਵਾਰ, ਉਹਨਾਂ ਦੀ ਅਸੀਂ ਲਿਸਟ ਬਣਾਉਂਦੇ ਹਾਂ। ਲਿਸਟ ਬਣਾ ਕੇ ਉਹਨਾਂ ਨੂੰ ਸਲਿੱਪਾਂ ਦਿੱਤੀਆਂ ਜਾਂਦੀਆਂ ਤਾਂ ਕਿ ਜਿਸ ਜਗ੍ਹਾ 'ਤੇ ਅਸੀਂ ਰਾਸ਼ਨ ਵੰਡਣਾ ਉੱਥੇ ਇਕੱਠ ਨਾ ਹੋਵੇ, ਲੋਕਾਂ ਦਾ ਡਿਸਟੈਂਸ ਰਹੇ, ਜਿਹੜੀ ਕਿ ਜ਼ਰੂਰੀ ਹੈ। ਜਿਹੜਾ ਇਹ ਕਰੋਨਾ ਵਾਇਰਸ ਚੱਲ ਰਿਹਾ ਹੈ ਇਹ ਸਭ ਤੋਂ ਜ਼ਰੂਰੀ ਹੈ ਡਿਸਟੈਂਸ ਲੋਕਾਂ ਦਾ ਔਰ ਆਪਣੇ ਅੰਦਰ ਰਹਿਣਾ ਘਰਾਂ ਦੇ। ਮੈਂ ਮੈਸੇਜ ਇਹੀ ਮੀਡੀਆ ਰਾਹੀਂ ਦੇਵਾਂਗਾ ਕਿ ਲੋਕ ਜਿਹੜੇ ਆ ਜ਼ਿਆਦਾ ਤੋਂ ਜ਼ਿਆਦਾ ਲੋਕਡਾਊਨ ਦਾ ਕਰਨ, ਇਹਦਾ ਉਲੰਘਣਾ ਨਾ ਕਰਨ, ਠੀਕ ਹੈ? ਬਾਰ ਬਾਰ ਸਾਰੇ ਕਹਿ ਰਹੇ ਆ ਕਿ ਲੋਕਡਾਊਨ ਜਿਹੜਾ ਇਸ ਲਈ ਲੋਕਾਂ ਦੇ ਫਾਇਦੇ ਲਈ ਕੀਤਾ ਗਿਆ ਕਿ ਲੋਕ ਆਪਣੇ ਅੰਦਰ ਰਹਿਣ। ਜਿਹੜਾ ਅਸੀਂ ਰਾਸ਼ਨ ਦਿੰਦੇ ਹਾਂ ਰਾਸ਼ਨ ਵਾਲੇ ਹੀ ਲੋਕ ਉਸ ਜਗ੍ਹਾ 'ਤੇ ਆਉਣ, ਦੂਸਰੇ ਉਹਨੂੰ ਦੇਖਣ ਲਈ ਨਾ ਆਉਣ। ਦੇਖਣ ਆਉਣਗੇ ਇਕੱਠ ਹੋਏਗਾ, ਕਿਹੜਾ ਆਦਮੀ ਉਹਦੇ 'ਚ ਡਿਫੈਕਟਡ ਹੈ ਕਿਹੜਾ ਨਹੀਂ ਹੈ ਇਹਦਾ ਪਤਾ ਨਹੀਂ ਚੱਲਣਾ, ਇਹਦਾ ਪਤਾ ਉਸ ਟਾਈਮ ਚੱਲਦਾ ਜਦੋਂ ਕੋਈ ਇਸ ਇਲਾਕੇ 'ਚੋਂ ਪੋਜ਼ਿਟਿਵ ਨਿਕਲ ਆਇਆ। ਅਗਰ ਇਹ ਸਾਡੇ ਜਿਹੜੀ ਏਰੀਆ ਹੈਗੇ ਆ ਇਹ ਤੁਹਾਨੂੰ ਪਤਾ ਕੰਜਸਟਡ ਏਰੀਆ, ਅਗਰ ਪਰਮਾਤਮਾ ਨਾ ਕਰੇ ਇੱਥੇ ਕੋਈ ਪੋਜ਼ਿਟਿਵ ਨਿਕਲ ਆਇਆ ਤਾਂ ਸੰਭਾਲਣਾ ਮੁਸ਼ਕਲ ਹੋ ਜਾਏਗਾ। ਇਸ ਲਈ ਮੈਂ ਬਾਰ ਬਾਰ ਕਹਿੰਦਾ ਕਿ ਜਿਨ੍ਹਾਂ ਲੋਕਾਂ ਦੀ ਸਿਸਟਮ ਨਾਲ ਅਸੀਂ ਕੰਮ ਚਲਾ ਰਹੇ ਹਾਂ ਸਿਸਟਮ ਨਾਲ ਸਭ ਨੂੰ ਮਿਲੇਗਾ, ਲੇਕਿਨ ਇਹ ਹੈ ਕਿ ਦੇਖਣ ਲਈ ਕੋਈ ਨਾ ਆਵੇ। ਜਿਨ੍ਹਾਂ ਨੂੰ ਅਸੀਂ ਪਰਚੀਆਂ ਦਿੱਤੀਆਂ ਗਈਆਂ ਉਹੀ ਲੋਕ। ਮੈਡਮ ਆਪਣਾ ਨਾਮ ਬੋਲ ਗਿਆ? ਹਾਂਜੀ, ਮੈਂ ਗੁਲਸ਼ਨ ਸ਼ਰਮਾ।
ਦੇਖੋ ਅੱਜ ਦੀ ਇੱਧਰ ਆਇਓ ਰਾਸ਼ਨ ਵੰਡਣ ਆਇਓ, ਠੀਕ ਹੈ, ਸਰਕਾਰ ਵੱਲੋਂ ਆਇਆ ਕਿ ਲੋਕਾਂ ਨੂੰ ਕਿਹਾ ਗਿਆ ਸਰਕਾਰ ਵੱਲੋਂ ਕਿ ਲੋਕਾਂ ਘਰ ਬੈਠੇ ਨੇ, ਘਰ ਘਰ ਪਹੁੰਚਾਇਆ ਜਾਏਗਾ, ਅੱਜ ਦੀ ਇਹ ਵੰਡਣਾ, ਕਿੰਨੇ ਜਾਣੇ ਨੂੰ ਰਾਸ਼ਨ ਵੰਡ ਚੁੱਕੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ 300-400 ਬੰਦਿਆਂ ਨੂੰ ਅਸੀਂ ਰਾਸ਼ਨ ਵੰਡ ਚੁੱਕੇ ਹਾਂ, ਅੱਜ ਅਸੀਂ 35 ਬੰਦਿਆਂ ਦਾ ਸਰਕਾਰੀ ਰਾਸ਼ਨ ਦਿੱਤਾ ਹੈ। ਔਰ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਕਿ ਆਪਣੇ ਘਰ ਆ ਕੇ ਬੈਠੋ, ਬਾਹਰ ਨਾ ਨਿਕਲੋ, ਨਾ ਗਰੁੱਪ ਬਣਾਓ। ਲੋਕਡਾਊਨ ਦਾ ਮਤਲਬ ਅਲੱਗ ਅਲੱਗ ਰਹਿਣਾ, ਆਪਣੇ ਘਰ ਦੇ ਅੰਦਰ ਰਹਿਣਾ। ਅਸੀਂ ਅਗਰ ਆਪਣੇ ਘਰ ਰਵਾਂਗੇ ਤਾਂ ਅਸੀਂ ਇਹ ਕਰੋਨਾ ਵਾਇਰਸ ਤੋਂ ਜਿਹੜੀ ਹੈ ਮੁਕਤੀ ਪਾ ਸਕਾਂਗੇ। ਮੈਡਮ ਇੱਕ ਨਿੱਕੀ ਗੱਲ ਹੋ ਰਹੀ ਹੈ ਕਿ ਇੱਕ ਤੁਸੀਂ ਆਪਣੇ ਕੋਲ ਪੈਸੇ ਲਾ ਕੇ ਸਰਕਾਰੀ ਵੀ ਚਲੋ ਬਾਅਦ 'ਚੋਂ ਆਇਆ, ਤੁਸੀਂ ਆਪਣੇ ਕੋਲ ਰਾਸ਼ਨ ਬਣਾ ਕੇ ਘਰ ਪੈਕਟ ਬਣਾ ਕੇ ਲੋਕਾਂ ਨੂੰ ਪੈਕਟ ਘਰ ਘਰ ਜਾ ਕੇ ਦਿੰਦੇ ਹੋ, ਠੀਕ ਹੈ। ਬਾਕੀ ਲੋਕਾਂ ਨੂੰ ਦੇਖੋ ਜੀ, ਫਿਰ ਵੀ ਇਹਨਾਂ ਨੂੰ ਕਿਹਾ ਜਾਂਦਾ ਜਿਵੇਂ ਟਾਈਮ ਅੱਗੇ ਵਧਾਤਾ ਗਿਆ, ਅਤੇ ਅੱਜ ਵੀ ਤੁਸੀਂ ਰਾਸ਼ਨ ਜਿਹੜਾ ਹੈਗਾ ਸਰਕਾਰ ਵੱਲੋਂ, ਅਤੇ ਸ਼ਾਮੀ ਜਦੋਂ ਤੁਸੀਂ ਰਾਸ਼ਨ ਬਣਾਉਂਦੇ ਹੋ ਉਹ ਲੋਕਾਂ ਨੂੰ ਘਰ ਘਰ ਪਹੁੰਚਾਉਂਦੇ ਹੋ ਜਾਂ ਲੋਕ ਤੁਹਾਡੇ ਕੋਲ ਆਉਂਦੇ ਆ? ਨਹੀਂ ਜੀ, ਲੋਕ ਵੀ ਆਉਂਦੇ ਆ ਔਰ ਅਸੀਂ ਘਰ ਘਰ ਪਹੁੰਚਾਉਂਦੇ, ਸਾਡੀਆਂ ਟੀਮਾਂ ਵਿੱਚ ਉਹ ਵੀ ਪੈਸੇ ਪਾਉਂਦੇ ਆ, ਅਸੀਂ ਵੀ ਪਾਉਂਦੇ ਹਾਂ, ਜਦੋਂ ਤੱਕ ਇਹ ਰਹੇਗਾ ਅਸੀਂ ਲੋਕਾਂ ਦੀ ਸੇਵਾ ਕਰਦੇ ਰਹੇ। ਅਤੇ ਮੈਡਮ ਇੱਕ ਨਿੱਕੀ ਹੋਰ ਗੱਲ ਪੁੱਛਣਾ ਤੁਹਾਨੂੰ, ਦੇਖੋ ਜੀ ਸਰਕਾਰ ਦੇ ਜੋ ਰਾਸ਼ਨ ਬਣਦੀ ਬਣਦੀ ਹੈ, ਮਗਰ ਜੀ ਸੇਵਾ ਜੀ ਇੱਕ ਭਲਾ ਜਿਹਾ ਕੰਮ ਕਰ ਰਹੇ ਹੋ, ਠੀਕ ਹੈ। ਬਾਕੀ ਲੋਕਾਂ ਨੂੰ ਵੀ ਚਾਹੀਦਾ ਨਾ ਘਰ ਵਿੱਚ ਬਹਿਣਾ, ਅਤੇ ਲੋਕ ਕਿਉਂ ਨਹੀਂ ਸਮਝਦੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਲੋਕਾਂ ਨੂੰ ਅਸੀਂ ਵਾਰ ਵਾਰ ਅਵੇਅਰ ਕਰਦੇ ਹਾਂ ਕਿ ਆਪਣੇ ਘਰ ਬੈਠੋ, ਅਪੀਲ ਵਾਰ ਵਾਰ ਕਰਦੇ ਹਾਂ ਕਿ ਕੋਈ ਘਰਾਂ ਤੋਂ ਬਾਹਰ ਨਾ ਨਿਕਲੋ, ਆਪਣੇ ਘਰ ਬੈਠੋ, ਤੁਹਾਨੂੰ ਜੋ ਚੀਜ਼ ਹੈ ਤੁਹਾਡੇ ਘਰ ਪਹੁੰਚੇ, ਲੇਕਿਨ ਲੋਕਾਂ 'ਚ ਅਵੇਅਰ ਨਹੀਂ ਹੈਗਾ। ਸਮਾਨ ਰੱਖਿਆ ਜੇ ਕੋਈ ਆਂਦਾ, ਜੇ ਕੋਈ ਬਹੁਤ ਗਰੀਬ ਲੋੜਵੰਦ, ਡਾਕਟਰ ਸਾਹਿਬ ਗੋਰੀ ਕਰਦੇ ਆ, ਚਲੋ ਜੀ ਲਓ ਮਾਤਾ ਜੀ ਜਾਓ। ਵਾਰਡ ਨੰਬਰ 73 ਦੀਆਂ ਮੈਡਮ ਕੁਛ ਗਲੀਆਂ ਐਸੀਆਂ ਨੇ ਜਿੱਥੋਂ ਦੇ ਕੌਂਸਲਰ ਨੇ ਸਤਨਾਮ ਸਿੰਘ ਸੱਤਾ ਜੀ ਉਹਨਾਂ ਵੱਲੋਂ ਵੀ ਇਹ ਅਵਾਰਡ ਕਰ ਦਿੱਤਾ ਗਿਆ ਕਿ ਇਹ ਗਲੀਆਂ ਸਾਡੇ 'ਚ ਨਹੀਂ ਆਉਂਦੀਆਂ। ਇਹ ਵਾਰਡ ਨੂੰ ਕਿਉਂ ਦੇ ਵਿੱਚ ਵੀ ਤੁਹਾਡਾ ਕੋਈ ਇਸ ਟਾਈਮ ਤੇ ਮਾਹੌਲ ਉਹੋ ਜਿਹਾ ਖਰਾਬ ਹੈ? ਵਾਰਡ ਨੂੰ ਕਿਉਂ ਕਹਿੰਦੇ ਆ ਮੇਰੀ ਤੇਰੀ ਵਾਰਡ ਹੈ ਉਹਦੀ ਵਾਰਡ ਹੈ? ਇਹ ਜਿਹੜਾ ਮਾਹੌਲ ਇੰਨਾ ਖਰਾਬ, ਅਸੀਂ ਕੋਈ ਵਾਰਡ ਸਾਈਡ ਨਹੀਂ ਦੇਖਦੇ, ਕੋਈ ਪੋਲੀਟੀਸ਼ੀਅਨ ਨਹੀਂ ਦੇਖਦੇ ਪਏ ਕਿ ਕਿਹਦੀ ਵਾਰਡ, ਅਸੀਂ ਸਿਰਫ ਪਬਲਿਕ ਦੇਖਦੇ ਆ, ਗਰੀਬ ਲੋਕਾਂ ਨੂੰ ਦੇਖਦੇ, ਅਸੀਂ ਟਾਈਮ ਕੱਢਣਾ ਇਹ ਬਿਮਾਰੀ ਦਾ, ਤਾਂ ਕਿ ਸਾਰਿਆਂ ਨੂੰ ਇਹ ਪਰਮਾਤਮਾ ਕਰੇ ਕਿ ਇਹ ਸਾਰਿਆਂ ਲਈ ਸੇਫ ਸਾਈਡ ਹੋਵੇ, ਲੋਕੀ ਆਪਣੇ ਘਰਾਂ 'ਚ ਬੈਠਣ, ਇਹ ਕਰੋਨਾ ਵਾਇਰਸ ਤੋਂ ਬਚਣ। ਸਾਰਿਆਂ ਨੂੰ ਅਪੀਲ ਕਰਦੀ ਹਾਂ। ਡਾਕਟਰ ਸਾਹਿਬ ਜੀ ਐਜ ਕਹਿ ਰਹੇ ਨਾ, ਜਿਵੇਂ ਲੋਕੀ ਕਹਿੰਦੇ ਵਾਰਡ ਬਾਰੇ ਕਹਿੰਦੇ ਆ ਤੂੰ ਹੈਗਾ 36 ਦਾ 28 ਦਾ ਕੁਛ ਹੀ ਕਹਿੰਦੇ ਆ, ਇਹ ਜ਼ਿਆਦਾ ਕਿਉਂ ਕਰਦੇ, ਵਾਰਡ ਕਿਉਂ ਕਰਦੇ ਆ? ਸਰਕਾਰ ਵੱਲੋਂ ਲੋਕਾਂ ਦੀ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ, ਸਰਕਾਰ ਵੱਲੋਂ ਰਾਸ਼ਨ ਆ ਰਿਹਾ, ਕੋਈ ਆਪਣੇ ਕੋਲ ਬਣਦੇ, ਇਹ ਕੀ ਕਹਿੰਦੇ ਆ ਵੀ ਇਹ ਵਾਰ ਜਾਓ, ਇਹ ਵਾਰ ਜਾਓ, ਇਹ ਨਹੀਂ ਕਹਿਣਾ ਚਾਹੀਦਾ, ਇਹਦੇ ਬਾਰੇ ਕੀ ਕਹਿਣਾ? ਮੈਂ ਵੀ ਇਹੀ ਕਹਿਣ ਲੱਗਾ ਕਿ ਕਿਸੇ ਨੂੰ ਵੀ ਅਗਰ ਮੇਰੀ ਵਾਰਡ 'ਚੋਂ ਕੋਈ ਦੂਸਰੀ ਵਾਰਡ 'ਚ ਵੀ ਜਾਂਦਾ, ਅਗਰ ਦੂਸਰੀ ਵਾਰਡ ਦਾ ਮੇਰੇ ਵਿੱਚ ਵੀ ਆਉਂਦਾ, ਕਿਸੇ ਕੌਂਸਲਰ ਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ, ਕਿਉਂਕਿ ਇਹ ਇਲੈਕਸ਼ਨ ਨਹੀਂ ਹੈ, ਬਿਲਕੁਲ ਬਿਲਕੁਲ, ਇਹ ਮਹਾਂਮਾਰੀ ਦਾ ਚੱਲ ਰਿਹਾ ਇਸ ਟਾਈਮ ਔਰ ਪੂਰੇ ਵਰਲਡ 'ਚ ਚੱਲ ਰਿਹਾ, ਇੰਡੀਆ 'ਚ ਨਹੀਂ ਚੱਲ ਰਿਹਾ। ਕੱਲ੍ਹ ਅਸੀਂ ਵਾਰਡ ਨੰਬਰ 73 'ਚ ਗਏ ਸੀ, ਉੱਥੇ ਜਾ ਕੇ ਪਰਸਨਲ ਜਿਹੜਾ ਸੁੱਕਾ ਰਾਸ਼ਨ ਹੈ ਉਹ ਵੰਡਿਆ ਸੀ, ਸਰਕਾਰ ਦਾ ਕੋਈ ਨਹੀਂ ਸੀ ਉਹਦੇ 'ਚ, 100 ਪਰਿਵਾਰ ਨੂੰ ਦਿੱਤਾ ਸੀ। ਉਸ ਤੋਂ ਪਹਿਲੇ ਮੈਂ 73 'ਚ ਹੀ ਮੰਦਰ ਆ ਚਿੰਤਪੁਰਨੀ, ਉੱਥੋਂ ਆਏ ਸੀ ਲੋਕ ਕਿ ਸਾਨੂੰ ਰਾਸ਼ਨ ਵੀ ਨਹੀਂ ਕੁਛ ਨਹੀਂ, ਉੱਥੇ ਜਾ ਕੇ ਅਸੀਂ ਆਪਣੀ ਪੂਰੀ ਟੀਮ ਮੈਂ ਲੈ ਕੇ ਗਿਆ, ਜਿਹੜੇ ਮੇਰੇ ਆਪਣੀ ਟੀਮ ਬਣਾਈ ਹੈ, ਜਿਹੜੇ ਨਾਲ ਪੈਸੇ ਵਿੱਚ ਡੋਨੇਟ ਕਰਦੇ ਸਾਰੇ ਇਕੱਠੇ ਕਰਕੇ, ਉੱਥੇ ਅਸੀਂ ਜਾ ਕੇ ਲੰਗਰ ਲਗਾਇਆ ਔਰ ਸੈਨੇਟਾਈਜ਼ ਕਰਵਾਇਆ ਸਾਰਾ ਉਹ ਏਰੀਆ, ਔਰ ਸ਼ਾਮ ਤੱਕ ਅਸੀਂ ਉੱਥੇ ਰਹੇ। ਇਸ ਲਈ ਕਿਸੇ ਵੀ ਵਾਰਡ ਸਿਸਟਮ ਜਿਹੜਾ ਉਹ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਦੂਸਰੇ ਸਾਡੇ ਕੈਬਨਿਟ ਮੰਤਰੀ ਡਾਕਟਰ ਰਾਜਕੁਮਾਰ ਬੈਠੇ ਆ, ਉਹਨਾਂ ਦੀ ਦੇਖੋ ਪੂਰੀ ਕੌਨਸਟੀਚੁਐਂਸੀ ਹੈ, ਠੀਕ ਹੈ ਨਾ, ਉਹਨਾਂ ਦੀ ਇਹ ਕੌਨਸਟੀਚੁਐਂਸੀ 'ਚ 18 ਵਾਰਡਾਂ ਨੇ, ਲੇਕਿਨ ਏਰੀਆ ਤੇ ਉਹਨਾਂ ਦਾ ਹੀ ਆ ਸਾਰਾ। ਇਸ ਲਈ ਅਸੀਂ ਜਿਹੜੇ ਥੱਲੇ ਬੈਠੇ ਆ ਕੌਂਸਲਰ, ਇਹਨਾਂ ਨੂੰ ਚਾਹੀਦਾ ਹੀ ਨਹੀਂ ਵਾਰਡ ਸਿਸਟਮ, ਇਹ ਸਿਰਫ ਇੱਕ ਦੇਖਣ ਕਿ ਡਾਕਟਰ ਸਾਹਿਬ ਦੀ ਕੌਨਸਟੀਚੁਐਂਸੀ ਹੈ, ਚਾਹੇ ਮੈਨੂੰ ਕੋਈ 77 'ਚੋਂ ਆ ਰਿਹਾ, 73 'ਚੋਂ ਆ ਰਿਹਾ, 74 'ਚੋਂ ਆ ਰਿਹਾ, ਲੇਕਿਨ ਕੋਈ ਗਰੀਬ ਆਉਂਦਾ, ਅਗਰ ਮੰਨ ਲਓ ਹੁਣ 35 ਬੰਦਿਆਂ ਨੂੰ ਅਸੀਂ ਰਾਸ਼ਨ ਦੇ ਦਿੱਤਾ, 35 ਤੋਂ ਬਾਅਦ ਜਿਹੜੇ ਬੜੇ ਨੀਡਿਡ ਨੇ, ਜਿਹੜੇ ਬੜੇ ਲੋੜਵੰਦ ਨੇ ਉਹ ਆ ਜਾਂਦੇ ਆ, ਉਹਨਾਂ ਨੂੰ ਫਿਰ ਅਸੀਂ ਆਪਣੇ ਕੋਲੋਂ ਦੇ ਦਿੰਦੇ ਹਾਂ ਘਰ ਜਾ ਕੇ ਵੀ ਇਹ ਜ਼ਰੂਰੀ ਇਹਨਾਂ ਦੇ ਘਰ 'ਚ ਖਾਣਾ ਨਹੀਂ ਹੈ। ਸੈਕਿੰਡਲੀ ਮੈਂ ਤੁਹਾਡੇ ਮੀਡੀਆ ਰਾਹੀਂ ਇੱਕ ਸਪੈਸ਼ਲੀ ਗੱਲ ਕਵਾਂਗਾ, ਕੱਲ੍ਹ ਵੀ ਅਸੀਂ ਕਹੀ ਸੀ, ਡਿਸਕਸ ਹੋਇਆ ਸੀ ਕਿ ਦੇਖੋ ਕਈ ਪਰਿਵਾਰ ਐਸੇ ਹੈ ਕਿ ਜਿਹੜੇ ਸਿਰਫ ਰਾਸ਼ਨ ਘਰਾਂ 'ਚ ਇਕੱਠਾ ਕਰ ਰਹੇ ਹੈ, ਜਿਹੜੇ ਲੋੜਵੰਦ ਹੈ, ਜ਼ਰੂਰੀ ਹੈ, ਉਹਨਾਂ ਨੂੰ ਨਹੀਂ ਮਿਲ ਰਿਹਾ ਇੰਨਾ ਜਿੰਨਾ ਕਿ ਦੂਸਰੇ ਪਬਲਿਕ ਲੋਕ ਜਿਹੜੇ ਆ ਆਪਣੇ ਘਰਾਂ 'ਚ ਰਾਸ਼ਨ ਇਕੱਠਾ ਕਰ ਰਹੇ ਹੈ। ਇਹ ਤੁਸੀਂ ਵੀ ਦੇਖਿਆ ਹੋਏਗਾ ਜਗ੍ਹਾ 'ਤੇ ਜਾ ਕੇ ਕਿ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈ ਉਹ ਵੀ ਆ ਕੇ ਲਾਈਨਾਂ 'ਚ ਲੱਗੇ ਹੁੰਦੇ ਆ। ਸਿਰਫ ਮੇਰੀ ਰਿਕੁਐਸਟ ਹੈ ਕਿ ਗਰੀਬ ਲੋਕ ਆਉਣ, ਰਿਕਸ਼ਾ ਚਲਾਉਣ ਵਾਲੇ ਰਿਕਸ਼ੇ ਬੰਦ ਹੈ, ਦਿਹਾੜੀ ਵਾਲੇ, ਲੇਕਿਨ ਜਿਹੜੇ ਕੰਮ ਕਰਦੇ ਉਹਨਾਂ ਕੋਲ 2-3 ਮਹੀਨੇ ਦਾ ਰਾਸ਼ਨ ਵੀ ਘਰ 'ਚ ਹੈਗਾ, ਪੈਸੇ ਵੀ ਹੈਗੇ ਆ, ਡੇਲੀ 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 ਜਿਹੜੇ ਲੇਬਰ ਵਾਲੇ ਆ
ਉਹਨਾਂ ਕੋਲ ਨਹੀਂ ਜਿਨ੍ਹਾਂ ਨੇ ਰਾਤ 200 ਕਮਾਇਆ 150 ਰਾਤੀ ਉਹ ਸਮਾਨ ਲੈਂਦਾ ਸਵੇਰੇ ਫਿਰ ਖਤਮ ਉਹਨਾਂ ਨੂੰ ਜ਼ਰੂਰੀ ਹੈ ਡਾਕਟਰ ਸਾਹਿਬ ਤੁਸੀਂ ਨਿੱਕੀ ਗੱਲ ਕੀਤੀ ਕਿਹਾ ਸੀ ਕਿ ਸਰਕਾਰ ਚਾਹੇ ਅਤੇ ਰਾਸ਼ਨ ਜਿਹੜਾ 300 ਤੋੜਿਆ 100 ਰੁਪਏ ਦਾ ਕਰਦੇ ਲੋਕ ਆਪੇ ਹੀ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਚੀਜ਼ ਦੇਖੋ ਉਹ ਵੀ ਬੜੀ ਜ਼ਰੂਰੀ ਹੈ ਮੈਂ ਇਹ ਕੱਲ ਕਿਹਾ ਸੀ ਕੱਲ ਗੱਲ ਹੋਈ ਸੀ ਅੱਜ ਵੀ ਕਰਾਂਗਾ ਕਿ ਦੇਖੋ ਜ਼ਿਆਦਾ ਅਸੀਂ ਇਹ ਇੱਕ ਚੀਜ਼ ਹੋਰ ਵੀ ਕਰ ਸਕਦੀ ਸਰਕਾਰ ਕਿ ਜਿਹੜੇ ਸਾਡੇ ਡੀਪੂ ਹੋਲਡਰ ਹੈ ਉਹਨਾਂ ਉੱਪਰ ਆਟਾ ਦਾਲਾਂ ਚੀਨੀ ਤੇਲ ਜਿਹੜੀ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਡੇਲੀ ਰਸੋਈ 'ਚ ਯੂਜ਼ ਕਰਨੀਆਂ ਉਹ ਹਰ ਡਿਪੂ 'ਤੇ ਪਹੁੰਚਾ ਦੇਣ 300 ਰੁਪਏ ਦੀ ਬੋਰੀ ਵਿਕਰੀ 10 ਕਿਲੋ ਦੀ ਆਟੇ ਦੀ ਇਸ ਟਾਈਮ 'ਤੇ ਉੱਥੇ ਉਹਦਾ ਰੇਟ 90 ਰੁਪਏ 100 ਰੁਪਏ ਰੱਖ ਦੇਣ 90 ਰੁਪਏ ਰੱਖ ਦੇਣ ਉਹਦੇ 'ਚ ਕੋਈ BPL ਨਹੀਂ ਕੋਈ ਦੂਸਰਾ ਨਹੀਂ ਸਾਰੇ ਲੈਣ ਦਾਲਾਂ ਜਿਹੜੀਆਂ 80 ਰੁਪਏ ਕਿਲੋ ਉੱਥੇ 30 ਰੁਪਏ ਕਰੋ 25 ਰੁਪਏ ਕਿਲੋ ਦੇ ਦਿਓ ਠੀਕ ਹੈ ਚੀਨੀ ਜਿਹੜੀ 40 ਰੁਪਏ ਹੈ ਉੱਥੇ 10 ਰੁਪਏ ਕਿਲੋ ਦੇਵੋ ਚਾਏ ਪੱਤੀ ਇੱਦਾਂ ਹੀ ਰੇਟ ਕਰੋ ਬਿਲਕੁਲ ਡਾਊਨ ਕਰ ਦਿਓ ਔਰ ਇਹ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਨਾ ਹਰ ਕੋਈ ਕਹਿ ਰਿਹਾ ਮੈਨੂੰ ਰਾਸ਼ਨ ਨਹੀਂ ਮਿਲ ਰਿਹਾ ਖਾਣਾ ਨਹੀਂ ਮਿਲ ਰਿਹਾ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਬਿਲਕੁਲ ਖਤਮ ਹੋ ਜਾਣਗੀਆਂ ਲੈਵਲ ਬਰਾਬਰ ਸਭ ਦਾ ਹੋ ਜਾਏਗਾ ਜੇ ਸਰਕਾਰ ਸੋਚੇ ਇਹ ਕੰਮ ਹੋ ਸਕਦਾ ਹੈ ਜੇ ਤੁਹਾਡੀ ਆਵਾਜ਼ ਉਠਾਈ ਜਾਵੇ ਨਾ ਸਭ ਕੁਝ ਹੋ ਸਕਦਾ ਹੈ ਅਤੇ ਮੈਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਮੈਂ ਤਾਂ ਦੇਖੋ ਤੁਸੀਂ ਮੀਡੀਆ ਵਾਲੇ ਸਾਰੇ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਆਏ ਸੀ ਮੈਂ ਤੁਹਾਡੇ ਰਾਹੀਂ ਆਵਾਜ਼ ਉਠਾ ਦਿੱਤੀ ਹੈ ਹੁਣ ਮੇਰੀ ਆਵਾਜ਼ ਜਿਹੜੀ ਹੈ ਉਹ MLA ਕੈਬਨਿਟ ਮੰਤਰੀ ਬੈਠੇ ਨੇ ਸਾਰੇ ਉਹ ਸੁਣਨਗੇ ਹੋ ਸਕਦਾ ਕਿ ਇਹਦੇ ਬਾਰੇ ਵੀ ਉਹ ਸੋਚਣ ਇਹਦੇ ਬਾਰੇ ਵੀ ਡਿਸਕਸ਼ਨ ਕਰਨ ਲੇਕਿਨ ਇਹ ਗੱਲ ਵੀ ਬਿਲਕੁਲ ਠੀਕ ਹੈ ਜੈਨੂਅਲ ਹੈ ਕਿ ਲੋਕਾਂ ਨੂੰ ਦੁਕਾਨਾਂ 'ਤੇ ਦੇਖੋ ਇਸ ਟਾਈਮ 'ਤੇ ਕਈ ਦੁਕਾਨਾਂ 'ਤੇ ਬਲੈਕ ਮਾਰਕੀਟਿੰਗ ਵੀ ਚੱਲਦੀ ਹੈ ਜਿਸ ਦਿਨ ਸਾਡਾ ਲੋਕਡਾਊਨ ਹੋਇਆ ਸੀ 10 ਰੁਪਏ ਵਾਲੀ ਗੋਭੀ 80 ਰੁਪਏ ਕਿਲੋ ਵਿਕੀ ਸੀ ਅੱਜ ਉਹ ਗੋਭੀ ਬਿਲਕੁਲ ਓਪਨ ਹੋ ਗਈ ਹੈ 5 ਰੁਪਏ ਕਿਲੋ ਵਿਕ ਰਹੀ ਹੈ ਇਸੇ ਤਰ੍ਹਾਂ ਜੇ ਸਰਕਾਰੀ ਡਿਪੂਆਂ ਦੇ ਉੱਪਰ ਰਾਸ਼ਨ ਓਪਨ ਕਰ ਦੇਣਗੇ ਸਸਤਾ ਤਾਂ ਇਹ ਬਲੈਕ ਮਾਰਕੀਟਿੰਗ ਵੀ ਖਤਮ ਲੋਕਾਂ ਦੀ ਜਿਹੜੀ ਇਹ ਧੱਕੇ ਖਾ ਰਹੇ ਆ ਹੋੜ ਹੈ ਇਹ ਵੀ ਖਤਮ ਹੋ ਜਾਏਗੀ ਬਿਲਕੁਲ ਲਾਸਟ ਵਿੱਚ ਇੱਕ ਛੋਟਾ ਜਿਹਾ ਕੁਐਸਚਨ ਡਾਕਟਰ ਸਾਹਿਬ ਇੱਕ ਕਹਿੰਦੇ ਮੈਨੂੰ ਸੀ ਬਹੁਤ ਜ਼ਿਆਦਾ ਜਿਹੜੇ ਸਲਮ ਏਰੀਆਜ਼ ਤੋਂ ਜਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਵਾਰਡ ਦੇਖ ਕੇ ਅਸੀਂ ਰਾਸ਼ਨ ਪ੍ਰੋਵਾਈਡ ਨਹੀਂ ਕਰ ਰਹੇ ਕੋਈ ਇਨ ਕੇਸ ਅਗਰ ਕੋਈ ਗਰੀਬ ਮਾਤਰ ਸਾਥੀ ਬੰਦਾ ਇਨ ਕੇਸ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਬਟ ਉਹਦੇ ਕੋਲ ਕੰਟੈਕਟ ਨੰਬਰ ਨਹੀਂ ਹੈ ਤੁਹਾਡਾ ਜਾਂ ਤੁਹਾਡੇ ਨਾਲ ਕੰਟੈਕਟ ਕਰਨ ਦਾ ਕੋਈ ਰਸਤਾ ਨਹੀਂ ਹੈ ਉਹਦੇ ਬਾਰੇ ਕੁਝ ਕਹਿਣਾ ਚਾਹੋ ਕੋਈ ਨੰਬਰ ਤੁਹਾਡਾ ਹਾਂ ਮੈਂ ਦੇਖੋ ਗੁਰਦੁਆਰਾ ਸਾਹਿਬ ਨਾਮ ਲਿਖਿਆ ਠੀਕ ਹੈ ਇੱਕ ਸੈਕਿੰਡ ਉਹਨਾਂ ਦਾ ਮੈਂ ਜਵਾਬ ਦੇਦਾ ਸੈਕਿੰਡਲੀ ਸਾਰਿਆਂ ਨੂੰ ਸਾਡਾ ਪਤਾ ਹੈ ਜੀ ਕਿਉਂਕਿ 30 ਸਾਲ ਤੋਂ ਆਇਆ ਸੀ ਇੱਥੇ 30 ਸਾਲ ਤੋਂ ਮੈਡਮ ਪਹਿਲੇ 97 'ਚ ਇਲੈਕਸ਼ਨ ਲੜਿਆ ਫਿਰ ਅਸੀਂ 30 ਸਾਲ ਤੋਂ ਫੇਮਸ ਹੈ ਨਾਮ ਸਾਡੇ ਸਾਰੇ ਪਰਿਵਾਰ ਦਾ ਕੋਈ ਗਰੀਬ ਬੋਲ ਬਿਲਕੁਲ ਗਰੀਬ ਆਉਂਦਾ ਮੈਂ ਉਸੇ ਟਾਈਮ ਉਹਦੀ ਕੰਡੀਸ਼ਨ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਗਰੀਬ ਹੈ ਬਿਲਕੁਲ ਦੇਖੋ ਸਾਨੂੰ ਫੱਟ ਪਤਾ ਚੱਲ ਜਾਂਦਾ ਕਿ ਇਹ ਬੰਦਾ ਬਹੁਤ ਗਰੀਬ ਹੈ ਉਹਨੂੰ ਉਸੇ ਟਾਈਮ ਮੈਂ ਰਾਸ਼ਨ ਘਰ 'ਚ ਰੱਖਿਆ ਤੁਸੀਂ ਵੀ ਕੱਲ੍ਹ ਦੇਖਿਆ ਉਸੇ ਟਾਈਮ ਉਹਨੂੰ ਰਾਸ਼ਨ ਪ੍ਰੋਵਾਈਡ ਕਰੀਦਾ ਗਰੀਬ ਨੂੰ ਗਰੀਬ ਕੋਈ ਵੀ ਆਵੇ ਜਿਹੜਾ ਕਿ ਘਰ 'ਚ ਬਿਲਕੁਲ ਨਹੀਂ ਉਹਦੇ ਬਣ ਰਿਹਾ ਭੁੱਖਾ ਉਹਨੂੰ ਕੱਚਾ ਰਾਸ਼ਨ ਨਹੀਂ ਮਿਲ ਰਿਹਾ ਜਿੱਥੋਂ ਮਰਜ਼ੀ ਆ ਜਾਏ ਉਹਨੂੰ ਪ੍ਰੋਵਾਈਡ ਮੈਂ ਕਰਾਂਗਾ ਸਰ ਤੁਸੀਂ ਇੱਕ ਨਿੱਕੀ ਗੱਲ ਕੀਤੀ ਕਿ ਤੁਸੀਂ ਇੰਨਾ ਰਾਸ਼ਨ ਜਿਹੜਾ 3 ਕੁਇੰਟਲ ਆਟਾ ਉਟਾ ਸਾਰਾ ਕੁਝ ਵੰਡਿਆ ਠੀਕ ਹੈ ਤੁਸੀਂ ਆਪਣੇ ਕੋਲ ਪੈਸਾ ਲਾ ਗਏ 3 ਕੁਇੰਟਲ ਅਤੇ ਉਹਦੇ ਬਾਰੇ ਕੀ ਕਹਿਣ ਦਿੰਦੇ ਹੋ ਦੇਖੋ ਸੇਵਾ ਹੈਗੀ ਆ ਕੱਲ੍ਹ ਵੀ ਕਿਹਾ ਸੀ ਮੈਂ ਕਿ ਮੈਂ ਆਰਮੀ ਆਫਿਸਰ ਦਾ ਬੇਟਾ ਫਾਦਰ ਸਾਹਿਬ ਮੇਰੇ ਨੇ 13 ਮੈਡਲ ਲਿੱਤੇ ਸੀ ਲੜਾਈਆਂ ਦੇ ਚਾਈਨਾ ਦੀ ਲੜਾਈ ਉਹਨਾਂ ਲੜੀ ਸੀ ਪਾਕਿਸਤਾਨ ਦੀ ਲੜੀ ਸੀ ਉਹਨਾਂ ਨੂੰ 13 ਮੈਡਲ ਮਿਲੇ ਆ ਠੀਕ ਹੈ ਕੈਪਟਨ ਰਿਟਾਇਰਡ ਸੀ ਉਹ ਆਰਮੀ ਆਫਿਸਰ ਦੇ ਆਪਾਂ ਬੱਚੇ ਆ ਉਹੀ ਖੂਨ ਸਾਡੇ ਅੰਦਰ ਹੈ ਪੈਸਾ ਆਉਣਾ ਔਰ ਜਾਣਾ ਇਹਦਾ ਕੋਈ ਮਾਇਨਾ ਨਹੀਂ ਹੈ ਲੇਕਿਨ ਜਿਹੜਾ ਪੈਸਾ ਤੁਹਾਡੇ ਕੋਲ ਅੰਦਰ ਹੈਗਾ ਅਗਰ ਉਹ ਕਿਸੇ ਅੱਛੇ ਕੰਮ ਲਈ ਲੱਗ ਜੇ ਉਹਦੇ ਤੋਂ ਅੱਛੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਬਿਮਾਰੀ 'ਤੇ ਅਸੀਂ ਫਟਾਫਟ 2 ਲੱਖ 5 ਲੱਖ ਲਗਾ ਦਿੰਦੇ ਹਾਂ ਅਗਰ ਬਿਮਾਰੀ 'ਤੇ ਨਾ ਲੱਗੇ ਇਸ ਕੰਮ 'ਤੇ 2 ਲੱਖ 4 ਲੱਖ ਲੱਗ ਜਾਂਦਾ ਉਹ ਬੈਟਰ ਹੈ ਕਿਉਂਕਿ ਕਿਉਂ ਬੈਟਰ ਹੈ ਗਰੀਬ ਲੋਕਾਂ ਦੀਆਂ ਦੁਆਵਾਂ ਜਿਹੜੀਆਂ ਸਭ ਤੋਂ ਵੱਡੀ ਹੈ ਇਸ ਲਈ ਮੇਰੀ ਸੋਚ ਇਹ ਹੈ ਕਿ ਗਰੀਬ ਲੋਕਾਂ ਦੀ ਮਦਦ ਕੀਤੀ ਜਾਏ ਸੈਕਿੰਡਲੀ ਜਿਹੜੀ ਮੇਰੀ ਟੀਮ ਹੈ ਜਿਹੜੇ ਮੇਰੇ ਨਾਲ ਆਦਮੀ ਸਾਰੇ ਸਰਦਾਰ ਭਜਨ ਸਿੰਘ ਸਰਦਾਰ ਜਸਬੀਰ ਸਿੰਘ ਅਮਨ ਅਨੂ ਸੋਨੂ ਸਿਆਲ ਇਹ ਜਿਹੜੇ ਸਾਰੇ ਹੈ ਅਗਰ ਮੈਂ ਇਹਨਾਂ ਨੂੰ ਵੀ ਜਦੋਂ ਕਹਿ ਦੇਣਾ ਕਿ ਚਲੋ ਜੀ 10-10 ਹਜ਼ਾਰ ਰੁਪਇਆ ਪਾਓ ਅਸੀਂ ਇੰਨਾ ਇਹ ਕੰਮ ਖਰੀਦਣਾ ਕਦੀ ਨਾ ਨਹੀਂ ਕਰਦੇ ਉਸੇ ਟਾਈਮ ਲਓ ਜੀ ਫਟਾਫਟ ਸਾਰੇ ਪੈਸੇ ਕੱਢ ਕੇ ਦੇ ਦਿੰਦੇ ਆ ਕਿਉਂਕਿ ਮੈਨੂੰ ਇਹਨਾਂ 'ਤੇ ਵੀ ਬੜਾ ਪ੍ਰਾਊਡ ਹੈ ਜਦੋਂ ਤੱਕ ਸਾਡੀ ਟੀਮ ਨਹੀਂ ਸਟਰੋਂਗ ਹੋਏਗੀ ਇਕੱਲਾ ਮੈਂ ਵੀ ਕੁਛ ਨਹੀਂ ਕਰ ਸਕਦਾ ਲੇਕਿਨ ਇਹ ਹੈ ਕਿ ਮੇਰਾ ਸ਼ੇਅਰ ਜ਼ਿਆਦਾ ਹੋ ਜਾਏਗਾ ਲੇਕਿਨ ਉਹ ਅਗਰ ਮੈਨੂੰ ਸ਼ੇਅਰ ਪਾਣਗੇ ਤਾਂ ਮੇਰਾ ਹੌਸਲਾ ਜ਼ਿਆਦਾ ਹੋ ਜਾਂਦਾ ਉਹਦੇ ਕਰਕੇ ਅਸੀਂ ਜਿਹੜਾ ਇਹ ਸਿਸਟਮ ਹੈ ਅੱਜ ਕੰਟੀਨਿਊ ਚਲਾ ਰਹੇ ਹਾਂ ਇੱਕ ਚੀਜ਼ ਹੋਰ ਕਹਾਂਗਾ ਕਿ ਦੇਖੋ ਇੱਥੋਂ ਦਾ ਜਿਹੜਾ ਕੌਂਸਲਰ ਲੋਕਾਂ ਨੇ ਜਿਤਾਇਆ ਜੀ ਅੱਜ 7 ਦਿਨ ਹੋ ਗਿਆ ਲੋਕ ਲਾ ਕੇ ਆਫਿਸ ਬੰਦ ਕਰਕੇ ਘਰ ਬੈਠਾ ਬਲੇਮ ਇਹ ਦੂਸਰਿਆਂ 'ਤੇ ਲਗਾ ਰਿਹਾ ਮੇਰੀ ਰਿਸਪੋਂਸੀਬਿਲਟੀ ਨਹੀਂ ਹੈ ਦੇਖਿਆ ਜਾਏ ਤੇ ਕਿਉਂਕਿ ਜਿਹੜਾ ਕੌਂਸਲਰ ਜਿੱਤਿਆ ਚਾਹੇ ਉਹ ਓਪੋਜੀਸ਼ਨ ਹੈ ਚਾਹੇ ਉਹ ਰੂਲਿੰਗ ਦਾ
ਕੰਮ ਉਹਦਾ ਸਿਸਟਮ ਹੈ ਕੰਮ ਕਰਨ ਦਾ, ਗਰੀਬ ਲੋਕਾਂ ਨੂੰ ਆਪਣੇ ਏਰੀਏ ਨੂੰ ਉਹਨੂੰ ਦੇਖਣ ਦਾ, ਕਿਉਂਕਿ ਉਹਨੇ ਵੋਟ ਲੈ ਕੇ ਜਿੱਤਿਆ ਲੋਕਾਂ ਦੇ। ਮੈਂ ਵੋਟ ਲੈ ਕੇ ਨਹੀਂ ਜਿੱਤਿਆ, ਨਾ ਮੇਰੀ ਇਹ ਡਿਊਟੀ ਹੈ, ਲੇਕਿਨ ਸਾਡੇ 'ਚ ਜਜ਼ਬਾ ਅਸੀਂ ਕਰ ਰਹੇ ਹਾਂ। ਉਹ ਬੰਦਾ ਅੱਜ 7 ਦਿਨ ਹੋ ਗਿਆ ਦਵਿੰਦਰ ਭਲਵਾਨ ਘਰ ਤਾਲਾ ਆਫਿਸ ਨੂੰ ਲਾਇਆ ਸੁੱਤਾ, ਲੇਕਿਨ ਜਦੋਂ ਉਹਨਾਂ ਦੇ ਉੱਥੇ ਸ਼ਾਮ ਨੂੰ ਨਸ਼ਾ ਵਿਕਦਾ ਉਦੋਂ ਆਫਿਸ ਖੁੱਲ੍ਹ ਜਾਂਦਾ, ਜਦੋਂ ਲੋਕ ਸਵੇਰੇ ਰਾਸ਼ਨ ਲੈਣ ਲਈ ਜਾਂਦੇ ਆ ਉਦੋਂ ਉਹਨਾਂ ਦਾ ਆਫਿਸ ਬੰਦ ਹੋ ਜਾਂਦਾ। ਇਹ ਕਿੱਥੋਂ ਦਾ ਸਿਸਟਮ ਹੈ? ਇੱਕ ਉੱਥੇ ਰਾਜੂ ਹੈ, ਉਹ ਰਾਜੂ ਭਈਆ ਨੂੰ ਕਹਿੰਦੇ ਆ, ਨਾ ਉਹਦਾ ਇੱਥੇ ਕੋਈ ਪਰਿਵਾਰ ਹੈ, ਨਾ ਉਹਦੇ ਕੋਈ ਬੱਚੇ ਹੈ, ਇਕੱਲਾ ਦਿੱਲੀ ਤੋਂ ਆਇਆ। ਮੈਂ ਤਾਂ ਉਹਦੀ ਇਨਕੁਆਇਰੀ ਕਰਵਾਉਣੀ ਪੁਲਿਸ ਕੋਲੋਂ ਵੀ ਕਿ ਉਹ ਬੰਦਾ ਕਿੱਥੋਂ ਆਇਆ ਦਾ ਇੱਥੇ ਰਹਿ ਰਿਹਾ, ਕੋਈ ਉਹਦਾ ਬਿਜ਼ਨਸ ਨਹੀਂ, ਕੋਈ ਉਹ ਕੰਮ ਨਹੀਂ ਕਰਦਾ, ਕੋਈ ਕੁਛ ਨਹੀਂ, ਸਵਾਏ 2 ਨੰਬਰ ਦੇ ਧੰਦੇ ਸਾਡੇ ਏਰੀਏ 'ਚ ਚਲਾ ਰਿਹਾ। ਇੱਕ ਉਹ ਬੰਦਾ ਕਿਉਂ ਨਹੀਂ ਇਹ ਕੌਂਸਲਰ ਬਣਿਆ, ਕਿਉਂ ਗਰੀਬ ਲੋਕਾਂ ਨੂੰ ਨਹੀਂ ਸੁਣਦਾ, ਕਿਉਂ ਨਹੀਂ ਸੁਣਦਾ? ਉਹਨਾਂ ਦਾ ਵੀ ਦੇਖੋ PM ਹੈ, ਮੋਦੀ ਸਾਹਿਬ ਬੈਠੇ ਹੈ, ਪੁਰੀ ਸਾਹਿਬ ਅੰਦਰ ਅੰਮ੍ਰਿਤਸਰ 'ਚ ਬੈਠੇ ਹੈ, ਕੈਬਨਿਟ ਮੰਤਰੀ ਹੈ, ਸ਼ਵੇਤ ਮਲਿਕ ਜੀ ਰਾਜ ਸਭਾ ਸਦੱਸਯ ਨੇ, ਕਿਉਂ ਨਹੀਂ ਉਹਨਾਂ ਕੋਲ ਰਾਸ਼ਨ ਲੈ ਕੇ ਆਉਂਦਾ, ਕਿਉਂ ਨਹੀਂ ਬੋਲਦਾ ਉੱਥੇ? ਲੇਕਿਨ ਬੋਲਣ ਦੀ ਸਮਝ ਹੋਵੇ, ਬੋਲਣਾ ਆਉਂਦਾ ਹੋਵੇ ਤਾਂ ਬੋਲੇ, ਮੰਗਣਾ ਆਉਂਦਾ ਹੋਵੇ ਤਾਂ ਮੰਗੇ। ਮੰਗਣਾ ਦੇਖੋ, ਮੰਗਣਾ ਵੀ ਆਉਣਾ ਚਾਹੀਦਾ, ਫਿਰ ਹੀ ਕੋਈ ਦਿੰਦਾ, ਇਸ ਤਰ੍ਹਾਂ ਕੋਈ ਨਹੀਂ ਦਿੰਦਾ। ਇਹਨੂੰ ਮੰਗਣਾ ਕੀ ਹੈ? ਇਹ ਤੇ ਉਹ ਆਪਣਾ ਲਈ ਰੋਂਦਾ ਰਹਿੰਦਾ, ਕਹਿੰਦਾ ਮੇਰੇ ਕੋਲ ਕੁਛ ਨਹੀਂ ਹੈਗਾ, ਮੈਨੂੰ ਤਨਖਾਹ ਨਹੀਂ ਮਿਲਦੀ, ਮੈਂ ਤੁਹਾਨੂੰ ਕੀ ਦਵਾਂ? ਫਿਰ ਤੂੰ ਕੌਂਸਲਰ ਕਿਸ ਚੀਜ਼ ਲਈ ਬਣਿਆ? ਲੋਕੀ ਕਿਉਂ ਨਹੀਂ ਵਾਇਸ ਆਉਂਦੇ, ਲੋਕੀ ਕਿਉਂ ਨਹੀਂ ਕਹਿੰਦੇ? ਆਲ ਆਫ ਸਟੇਟਮੈਂਟ ਉੱਥੇ ਜਾਂਦੇ ਆ ਤੇ ਉਹ ਖਾਣ ਨੂੰ ਪੈਂਦਾ। ਵੱਡਾ ਬਿਊਰੋਕਰੇਸੀ ਦਾ ਸਿਸਟਮ ਠੀਕ ਹੋਵੇ ਉੱਪਰ, ਮੰਨ ਲਓ ਇੰਸਪੈਕਟਰ ਆ, ਇੰਸਪੈਕਟਰ ਦੇ ਉੱਤੇ CP ਸਾਹਿਬ ਅਗਰ ਪੂਰਾ ਸਟਰੋਂਗਲੀ ਉਹਦਾ ਐਕਸ਼ਨ ਲੈਣ ਥੱਲੇ ਨਸ਼ੇ ਵਾਲਿਆਂ 'ਤੇ, ਅਤੇ ਇੰਸਪੈਕਟਰ ਦਾ ਪੂਰਾ ਹੱਥ ਰੱਖਣ, ਅਤੇ ਮੇਰਾ ਖਿਆਲ ਹੈ ਕਿ ਇੱਕ ਦਿਨ 'ਚ ਥਾਣੇ ਦੇ ਇੰਚਾਰਜ ਜਿਹੜੇ ਸੰਜੀਵ ਸ਼ਰਮਾ ਨਾ, ਇੱਕ ਦਿਨ, ਮੈਨੂੰ ਪੂਰੀ ਗਰੰਟੀ ਹੈ, ਇੱਕ ਦਿਨ 'ਚ ਨਸ਼ਾ ਇੱਥੇ ਖਤਮ ਕਰ ਦੇਣਗੇ। ਕਿ ਐਲੀਗੇਸ਼ਨ, ਮੈਂ ਮੀਡੀਆ ਨੂੰ ਵੀ ਇਹ ਕਹਿਣਾ ਕਿ ਜਦੋਂ ਵੀ ਤੁਸੀਂ ਕੋਈ ਨਿਊਜ਼ ਲਾਉਂਦੇ ਹੋ ਨਾ, ਜਿਸ ਤਰ੍ਹਾਂ ਮੈਂ ਅੱਜ ਬੋਲ ਰਿਹਾ, ਇਹ ਵੀ ਬੋਲਦੇ ਆ, ਕੌਂਸਲਰ ਵੀ, ਦੂਜੇ ਵੀ ਬੋਲਦੇ ਆ, ਲੇਕਿਨ ਬੋਲਣ ਤੋਂ ਪਹਿਲੇ ਜਿਹੜੀ ਇੱਥੇ ਪਬਲਿਕ ਖੜੀ ਕਰ ਲੈਂਦੇ ਆ, ਅਸੀਂ ਮੇਰੀ ਇੱਥੇ ਕੋਈ ਪਬਲਿਕ ਵਿੱਚ ਨਹੀਂ ਬੋਲੀ, ਇਹ ਸਭ ਵੜਦੇ ਆ, ਲੇਕਿਨ ਇਹ ਕੌਂਸਲਰ ਕੀ ਕਰਦੇ ਆ, ਆਪਣੇ 5-10 ਬੰਦੇ ਬੁਲਾ ਕੇ ਪਹਿਲੇ ਆਫਿਸ 'ਚ ਬਿਠਾ ਕੇ ਉਹਨਾਂ ਨੂੰ ਸਮਝਾ ਦਿੰਦੇ ਆ, ਤੁਸੀਂ ਇਹਦੇ ਖਿਲਾਫ਼ ਨਾ ਇਹ ਬੋਲਣਾ, ਇਹ ਬੋਲਣਾ, ਔਰ ਉਹ ਐਡੇ ਐਡੇ ਕੀ ਬੰਦੇ ਇੱਥੋਂ ਦੇ ਅਨਪੜ੍ਹ ਸ਼ਰੀਫ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਬੋਲ ਕਿਹਦੇ ਖਿਲਾਫ਼ ਰਹੇ ਹਾਂ। ਇੱਕ ਬੀਬੀ ਨੇ ਉੱਦਣ, ਪਰਮਜੀਤ ਹੈ, ਜਿਸ ਦਿਨ ਇਹ ਦਵਿੰਦਰ ਕੌਂਸਲਰ ਨੇ ਇਕੱਠੇ ਕੀਤੀਆਂ 4-5 ਬੀਬੀਆਂ, ਉਹ ਪਰਮਜੀਤ ਆ, ਉਹਦਾ BPL ਬਣਿਆ, ਉਹ ਇਹ ਬੋਲ ਰਹੀ ਆ, ਉਹਨੂੰ ਇਹ ਵੀ ਨਹੀਂ ਸਮਝ ਕੇ ਮੈਂ ਬੋਲ ਕੀ ਰਹੀ ਹਾਂ, ਕਹਿੰਦੀ ਸਰਕਾਰ ਨੇ ਸਾਨੂੰ ਗਰੀਬੀ ਨੂੰ ਦਿੱਤਾ ਕੀ ਹੈ। ਔਰ ਮੈਂ ਉਹਦੀ ਦੇਖ ਰਿਹਾ ਸੀ ਵੀਡੀਓ, ਅਤੇ ਮੈਂ ਕਿਹਾ ਇਹ ਜਨਾਨੀ ਦੀ ਤਾਂ BPL ਬਣਿਆ, ਸਰਕਾਰ BPL ਤੋਂ ਇਹਨੂੰ ਕਣਕ ਦੇ ਰਹੀ ਹੈ, ਰਾਸ਼ਨ ਦੇ ਰਹੀ ਹੈ, ਹੋਰ ਇਹਨੂੰ ਕੀ ਦੇ? ਉਹ ਯਾਨੀ ਕਿ ਉਹਨੂੰ ਪਤਾ ਹੀ ਨਹੀਂ, ਜੋ ਕੁਛ ਉਹਨੂੰ ਕੌਂਸਲਰ ਨੇ ਕਿਹਾ ਗਿਆ ਉਹਨੇ ਬੋਲ ਦਿੱਤਾ, ਉਹਨੂੰ ਇਹ ਨਹੀਂ ਸਮਝ ਆਈ ਕਿ ਮੈਂ ਸਰਕਾਰ ਕੋਲੋਂ ਕੀ ਬੈਨੀਫਿਟ ਲੈ ਰਹੀ ਹਾਂ, ਉਹਨੂੰ ਇਹ ਨਹੀਂ ਪਤਾ। ਇਸ ਲਈ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਤੁਸੀਂ ਜਦੋਂ ਵੀ ਪਬਲਿਕ 'ਚ ਪੁੱਛਦੇ ਹੋ, ਨੈਗੇਟਿਵ ਪੋਜ਼ੀਟਿਵ ਸਭ ਦਾ ਲਿਆ ਕਰੋ, ਜਿਸ ਜਗ੍ਹਾ 'ਤੇ ਕੌਂਸਲਰ ਖੜਾ ਹੋ ਕੇ ਬੋਲ ਰਿਹਾ ਉਸ ਜਗ੍ਹਾ ਦੀ ਵੀਡੀਓ, ਉਸ ਜਗ੍ਹਾ ਦੀ ਰਿਕਾਰਡਿੰਗ ਲੈ ਕੇ ਤੁਸੀਂ ਉਸ ਤੋਂ ਬਾਅਦ 1-2 ਗਲੀਆਂ 'ਚ ਜਾਇਆ ਕਰੋ। ਅੱਜ ਤੁਸੀਂ ਇਹਦੀ ਗਲੀ 'ਚ ਚਲੇ ਜਾਓ, 90% ਇਹਦੀ ਗਲੀ ਦੇ ਖਿਲਾਫ਼ ਇਹਦੇ ਬੋਲ ਜਾਣਗੇ। ਨਹੀਂ ਨਹੀਂ, ਅੱਜ ਜਿਹੜਾ ਵਾਇਰਸ ਫੈਲਿਆ, ਅੱਜ ਲੋਕ ਬਾਹਰ ਨਿਕਲੇ ਆ, ਨਸ਼ੇ ਬਾਰੇ ਕਹਿ ਰਹੇ ਆ, ਅਤੇ ਉਦੋਂ ਲੋਕ ਸੁੱਤੇ ਹੀ, ਅਤੇ ਉਦੋਂ ਜਾ ਕੇ ਦੇਖੋ।